ਜੀ ਮੈਨੂੰ ਸ਼ੱਕ ਪੈ ਰਿਹਾ ਵੀ ਬਾਹਰ ਬੰਦਾ ਆ ਗਿਆ। ਵਾਲੇਕੁਮ ਅਸਲਾਮ, ਅਸਲਾਮ ਅਲੈਕੁਮ। ਉਹ ਦਲਾਮ ਹਸਾ ਨਹੀਂ ਸੀ ਲਈਦਾ, ਉਹ ਘੜੀ ਨਾਲ ਅੱਜ ਕਰਕੇ ਅਸਲਾਮ ਅਲੈਕੁਮ। ਉਹ ਹਿਸਾਬ 2500 ਦੀ ਜਿੱਤੀ ਲਈ ਚੱਕਰ ਕਾਉਂਦਿਆ ਬੰਦਿਆ, ਤਾਂ ਹੀ ਅੱਜ ਕਰਕੇ ਸਲਾਮ ਲਈ। ਅਤੇ ਭਾਈ ਜੀ ਜੀ ਹੌਲੀ ਹੌਲੀ ਸਾਰੇ ਰੈਡੀ ਹੋ ਰਹੇ ਨੇ ਅਤੇ ਮੈਂ ਵੀ ਚੱਲਾਂ ਤਰ੍ਹਾਂ ਆਰਡਰ ਮਾਰਨਾ, ਕਿਉਂਕਿ ਉਹਨਾਂ ਨੂੰ ਕਹਿਣਾ ਹਰ ਚੀਜ਼ ਸਾਨੂੰ ਫਰੈਸ਼ ਰੈਡੀਮੇਡ ਤਿਆਰ ਜਿਹੜੀ ਹੋਈ ਪਈ ਹੈ ਨਾ, ਉਹ ਨਹੀਂ ਜਿਹੜੀਆਂ ਮਤਲਬ ਸਟੋਰ ਕੀਤੀਆਂ ਹੁੰਦੀਆਂ, ਉਹ ਚੀਜ਼ਾਂ ਨੇ ਹਰ ਚੀਜ਼ ਫਰੈਸ਼ ਤਿਆਰ ਕਰਨੀ। ਲੇਡੀਜ਼ ਦਾ ਆਰਡਰ ਹੈ ਕਬਾਬ, ਚਾਵਲ, ਟਿੱਕੇ, ਕੋਲਡ ਡਰਿੰਕ ਅਤੇ ਕੇਕ ਅਤੇ ਲੈਗ ਪੀਸ। ਮਤਲਬ ਉਹਨਾਂ ਕਿਹਾ ਇਹ ਚੀਜ਼ਾਂ ਅਸੀਂ ਖਾਣੀਆਂ ਨੇ, ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਤੁਸੀਂ ਆਪਣੇ ਲਈ ਮੰਗਵਾਉਣੀਆਂ ਨੇ ਉਹ ਮੈਂ ਪੁੱਛ ਲੈਣਾ ਸਾਰਿਆਂ ਨੂੰ, ਆਕਫ ਨੂੰ, ਸਾਕਬ ਨੂੰ, ਸਾਰਿਆਂ ਨੂੰ ਪੁੱਛ ਲੈਂਦੇ ਹਾਂ ਜਿਹੜੀ ਇਹ ਚੀਜ਼ ਕਹਿਣਗੇ ਉਹਦੇ ਹਿਸਾਬ ਨਾਲ ਆਰਡਰ ਕਰ ਲੈਂਦੇ ਹਾਂ। ਕਿਉਂਕਿ ਹਰ ਉਹਨਾਂ ਨੂੰ ਫਿਰ ਦੱਸਾਂਗੇ ਕੁਛ ਨਾ ਕੁਛ ਤਾਂ ਉਹ ਰੈਡੀ ਕਰਨਗੇ ਨਾ, ਤਿਆਰ ਖਾਣਗੇ ਹਰ ਚੀਜ਼। ਆਕਫ ਕੀ ਖਾਣਾ ਬਾਈ? ਜੋ ਤੁਸੀਂ ਖਿਲਾਓਗੇ। ਨਹੀਂ ਨਹੀਂ, ਜੋ ਤੁਸੀਂ ਦੱਸੋਗੇ ਉਹ ਚੀਜ਼ ਮਿਲ ਜਾਏਗੀ ਇੱਥੇ, ਮੈਂ ਉਹ ਆਰਡਰ ਦੇਣ ਚੱਲਾਂ ਵਾਂ ਵੀ ਰੈਡੀ ਕਰ ਦੇਵੋ। ਯਾਰ ਮਾਮੂ ਤੁਸੀਂ ਡਿਸਾਈਡ ਕਰਨਾ ਹੈ। ਨਹੀਂ ਨਹੀਂ, ਜੋ ਤੁਸੀਂ ਆਖੋਗੇ ਉਹ ਮੈਂ ਹੋਰ ਚੀਜ਼ ਡਿਸਾਈਡ ਕੀਤੀ, ਉਹ ਤੁਸੀਂ ਉਹ ਖਾਓ ਨਾ। ਖਾ ਲਾਂਗੇ। ਤੁਸੀਂ ਦੱਸੋ ਜਿਹੜੀ ਸ਼ਾ ਖਾਣੀ। ਚੋਰੀ ਸਾਡੇ ਕੰਮ ਦੇਖੋ, ਇੱਧਰ ਜ਼ਰਾ ਹਰ ਚੀਜ਼ ਖਿਲਾਰ ਪਲਾਰ ਕੇ ਉਹ ਸੁੱਤਾ ਜੇ। ਯਾਰ ਤੁਸੀਂ ਡਿਸਾਈਡ ਕਰਨਾ ਯਾਰ, ਮੇਰੇ ਹਜੇ ਕੋਈ ਸਮਝ ਨਹੀਂ ਆ ਰਹੀ। ਕੀ ਸਮਝ ਆ ਰਿਹਾ ਹੁਣ? ਹਾਂ ਮੁੰਡਿਆ ਕੀ ਡਿਸਾਈਡ ਕੀਤਾ ਕੀ ਖਾਣਾ? ਡਿਸਾਈਡ ਇਹ ਕੀਤਾ ਜੋ ਤੁਸੀਂ ਡਿਸਾਈਡ ਕੀਤਾ ਉਹੀ ਡਿਸਾਈਡ ਹੈ, ਡਿਸਾਈਡ ਤੁਸੀਂ ਕਰਨਾ ਹੈ। ਚਲ ਆ ਜਾ ਫਿਰ, ਚਲੀਏ ਆਰਡਰ ਮਾਰ ਕੇ। ਚਲੋ ਚੱਲ ਵੀ ਜਵਾਨ ਮਾਰ ਕੇ ਇੱਕ। ਚਾਬੀ ਅੱਛੀ ਹੋਣੀ ਯਾਰ, ਪਰਲੇ ਨੂੰ ਕਿੱਕ ਮਾਰਨਾ ਨਹੀਂ ਲੱਭੀ ਚਾਬੀ ਇਹਦੀ। ਤੇ ਭਾਈ ਜੀ ਬਾਹਰ ਦਾ ਮਾਹੌਲ ਜਿਹੜਾ, ਲਾਈਟਾਂ ਸ਼ਾਈਟਾਂ ਬਲ ਪਈਆਂ, ਅੰਧੇਰਾ ਹੋ ਗਿਆ, ਚੈੱਕ ਕਰੋ ਦਾ ਸ਼ਹਿਰ ਦਾ ਮਾਹੌਲ। ਤੇ ਭਾਈ ਜੀ ਆਰਡਰ ਮਾਰਤਾ, ਹਾਲ ਉਹਨਾਂ ਨੇ ਓਪਨ ਕਰਕੇ ਤੇ ਜ਼ਰਾ ਉਹਦੀ ਤਿਆਰੀ ਸ਼ਿਆਰੀ ਕਰਨ ਲੱਗੇ ਨੇ, ਤੇ ਫਿਰ ਜਿਹੜਾ ਉਹਦੇ ਨੂੰ ਜ਼ਰਾ ਕੱਪੜੇ ਕੱਪੜੇ ਬਦਲ ਕੇ ਅਸੀਂ ਵੀ ਆਉਂਦੇ ਹਾਂ ਫਿਰ ਜਿਹੜਾ ਰੈਡੀਮੇਡ ਹੋ ਕੇ। ਉੱਧਰ ਚੈੱਕ ਕਰੋ ਜ਼ਰਾ, ਏ ਸੀ ਵੀ ਔਨ ਹੋ ਗਿਆ। ਆਏ ਹਾਏ ਹਾਏ, ਟੱਲੀ ਖੜਾ ਪੈ ਰਹੀ ਕਿੰਨੇ ਤੇ 16 ਦੇ। ਤੇ ਭਾਈ ਜੀ ਆਰਡਰ ਮਾਰ ਕੇ ਏ ਸੀ 16 ਤੇ ਚੱਲਣ ਡਿਆ ਸੀ ਪੂਰੇ ਭਾਰ ਨਾਲ, ਉਹਨਾਂ ਕਹਿੰਦੇ ਅੱਧੇ ਘੰਟੇ ਤੱਕ ਤੁਹਾਡਾ ਸੈਟਅਪ ਓਕੇ ਹੋ ਜਾਏ। ਮੈਂ ਠੀਕ ਹੋ ਗਿਆ ਤੇ ਟੈਨਸ਼ਨ ਹੀ ਮੁੱਕ ਗਈ। ਗੁਰੂ ਸਾਹਿਬ ਉੱਠੋ, ਜ਼ਰਾ ਪਾਰਟੀ ਪੂਰਟੀ ਕਰੀਏ, ਉੱਠੋ। ਮੈਂ ਉਠਾਨੀ ਹੈ ਤਿੰਨ ਦਿਨ ਹੋ ਗਏ ਤੱਕ।
ਤੇ ਭਾਈ ਜੀ ਚੌਰੀ ਸਾਹਿਬ ਪਾਸਾ ਵਰਤ ਕੇ ਇੱਧਰ ਨੂੰ ਮੂੰਹ ਕਰਕੇ ਫੇਰ ਸੌਂਦੇ ਆ। ਤੇ ਭਾਈ ਜੀ ਇੱਧਰ ਚੈੱਕ ਕਰੋ ਤੋਰਾ ਆਵਾਮ ਰੈਡੀ ਸ਼ੈਡੀ ਹੋ ਗਈ ਹੈ। ਹੈ ਵਾਹ ਬਈ ਵਾਹ, ਇੱਧਰ ਚੈੱਕ ਕਰੋ, ਜਵਾਨ ਲਿਫਟ ਹੀ ਨਹੀਂ ਕਰਾ ਰਿਹਾ। ਸਹੀ ਹਾਂ ਵੀ ਜਵਾਨ ਰੈਡੀ, 16 ਤੇ ਏਸੀ ਚਲਵਾ ਕੇ ਆਇਆ 16 ਤੇ। 16 ਤੇ ਏਸੀ ਚਲਵਾ ਕੇ ਅੱਧਾ ਘੰਟਾ ਹੋ ਗਿਆ ਚਲਾ ਕੇ ਆਏ ਨੂੰ, ਤੇ ਬਸ ਜਾਂਦਿਆਂ ਨੂੰ ਘੰਟਾ ਲੰਘ ਜਾਣਾ। ਕਮਰਾ ਐ ਜਸ ਵੀ ਆਈ ਪੀ ਮਾਹੌਲ ਹੋਣਾ। ਓਏ ਕੱਪੜੇ ਨਾ ਖਰਾਬ ਕਰਿਓ ਹੁਣ। ਤੇ ਅਲਹਮਦੁਲਿਲਾ ਨਹਾ ਧੋ ਕੇ ਤੇਰਾ ਫਰੈਸ਼ ਮੈਂ ਹੋ ਗਿਆ ਵਾ, ਚੈੱਕ ਕਰੋ ਤੇਰਾ ਸੱਚੂ ਮੋਟੂ ਦੀ ਲੁੱਕ ਤੇਰਾ। ਹੁਣ ਚੱਲਨੇ ਆ ਫਿਰ, ਬੰਦਿਆਂ ਦੀ ਕਾਲ ਵੱਜ ਗਈ ਜੇ ਆਹ ਵੇਖ ਲਓ ਮੋਬਾਈਲ ਖੜਕ ਕੇ ਅਲ ਜਨਰਲ ਸਵੀਚ, ਉਹਨਾਂ ਦੀ ਕਾਲ ਆ ਗਈ ਵੀ ਆ ਜਾਓ ਜਵਾਨੋ। ਅਤੇ ਭਾਈ ਜੀ ਉਹ ਸਾਹਮਣੇ ਖਲੋਤੀ ਗੱਡੀ, ਫੈਮਿਲੀ ਸਾਰੀ ਨੂੰ ਰੈਡੀ ਕਰਤਾ ਗੱਡੀ 'ਤੇ ਚੱਲਣ, ਆਪਾਂ ਜਵਾਨਾਂ ਚੱਲੀਏ ਇਹਦੇ 'ਤੇ। ਆਹੋ ਦਰਵਾਜ਼ਾ ਉਹ ਤੇਰਾ ਭਲਾ ਹੋ ਜੇ, ਫੜ ਪਿੱਛੋਂ ਤਾਲਾ ਫੜ, ਤਾਲਾ ਫੜ, ਤਾਲਾ ਫੜ, ਸਾਕਬ ਤਾਲਾ ਲੈ ਕੇ ਬੇਟਾ। ਅੱਧੀ ਡਿਊਟੀ ਲਾਈ ਮੈਂ ਕਿਹਾ ਤਾਲਾ ਸ਼ੀਸ਼ਾ ਭਾਨੇ ਵੀ ਇਵੇਂ ਭੱਜਣਾ। ਚਲੋ ਜਾਣਾ ਤਾਲਾ ਮਾਰੋ, ਮਿੰਟ ਮਾਰੋ ਦਰਵਾਜ਼ਾ ਲਾ ਕੇ। ਚਲੋ ਜਵਾਨਾ ਗੱਡੀ ਵਾਲੇ ਫੋਲੋ ਮੀ, ਫੋਲੋ ਮੀ, ਇੱਧਰ ਨੂੰ, ਇੱਧਰ ਨੂੰ, ਇੱਧਰ ਨਹੀਂ ਵੀ ਚੱਲਣ ਡਿਆ ਸੀ ਪੂਰੇ ਭਾਰ ਨਾਲ। ਹੈਪੀ ਬਰਥਡੇ ਦੇ ਗੁਬਾਰੇ ਗੁਬਾਰੇ ਵੀ ਉਹਨਾਂ ਲਾ ਤੇਰੇ ਜਵਾਨਾ। ਅਤੇ ਹੁਣ ਚੱਲ ਕੇ ਵੇਖਦੇ ਹਾਂ ਵੀ ਕਮਰਾ ਠੰਡਾ ਵੀ ਹੋਇਆ ਗਿਆ ਜੇ, ਬਸ ਸਿਰਫ ਏਸੀ ਚੱਲ ਹੀ ਰਿਹਾ। ਚਾਸਾ ਵੀ ਪੂਰਾ ਠੰਡਾ ਹੋਇਆ ਕੇ ਬਾਹਰ ਅੰਦਰੋਂ ਵੜ, ਬਾਹਰੋਂ ਵੜਦੇ ਹੀ ਅੰਦਰ ਪੂਰੀ ਟੋਰੀ ਮਾਹੌਲ ਨਾਲ ਹਵਾ ਲੱਗੀ ਠੰਡੀ ਹਵਾ। ਗਲਾਸ ਡਿਸ਼ਾਂ ਡੁਸ਼ਾਂ ਬਾਹਰ ਟਿਸ਼ੂ ਹੀ ਲਾ ਕੇ ਇੱਧਰ ਚੈੱਕ ਕਰੋ ਸਰ, ਆਹ ਚੱਲ ਰਿਹਾ ਪੂਰੇ ਭਾਰ ਨਾਲ 16 ਤੇ ਏਸੀ। ਹਵਾ ਵੀ ਠੰਡੀ ਗੱਲ ਦਾ ਜੀ, ਗੁਬਾਰੇ ਗੁਬੂਰੇ ਵੀ ਲੱਗ ਗਏ ਨੇ। ਹਾਏ ਆ ਰਹੀ ਠੰਡੀ ਹਵਾ ਕਿ ਨਹੀਂ ਆ ਰਹੀ? ਆ ਰਹੀ ਹੈ, ਆ ਜਾ। ਹਾਂ ਜਵਾਨ ਕੇਕ ਵਾਲੀ, ਕੇਕ ਤੋਂ ਸ਼ੁਰੂ ਕਰੀਏ ਪਹਿਲਾਂ? ਨਹੀਂ ਨਹੀਂ ਕੇਕ ਨੂੰ ਪਹਿਲੇ ਸਾਜ ਜੀ ਜ਼ਰਾ ਲੈ ਆਓ ਕੇਕ ਜ਼ਰਾ, ਵੀ ਆਈ ਜੀ ਤਰੀਕੇ ਨਾਲ ਪ੍ਰੋਟੋਕੋਲ ਨਾਲ ਪਤਾ ਲੱਗੇ ਜਰਾ ਕੱਟਣ ਦੀ ਆ ਰਹੀ ਲਾ ਰਹੇ ਹੋ। ਜ਼ਿੰਦਗੀ ਨਾਲ ਪਿਆਰ ਹੈ ਕਮਲਿਆ ਬੰਦਿਆ, ਪਹਿਲੀ ਸੀਟ ਤੇ ਪਹੁੰਚਾਉਣਾ। ਚਲੋ ਮੇਰਾ ਭਾਈ ਜੀ ਟ੍ਰੈਂਡ ਚੇਂਜ ਕੀਤਾ, ਉਹ ਹੈਪੀ ਬਰਥਡੇ ਫਲਾਂ ਯੇ ਵੋ ਤੇ ਸਾਰੀ ਦੁਨੀਆ ਲਿਖਦੀ ਹੈ ਕੈਸਾ ਆਈਡੀਆ। ਚਲੋ ਉਸ ਚੇਅਰ ਤੇ ਚਲੋ ਨਾ, ਰੱਖ ਮੈਂ ਕੇਕ ਲੈ ਕੇ ਆਉਂਦਾ। ਮੰਮੂ ਆਇਆ ਕੀ ਹੈ? ਆਹ ਕੀ ਹੈ ਬਰਥਡੇ ਤੁਹਾਡੀ ਪਿੱਛੇ ਸ਼ਾਇਰ ਵੀ ਆਏ ਨੇ? ਨਹੀਂ ਉਹਨਾਂ ਦਾ ਆਪਣਾ ਸੀ ਫੰਕਸ਼ਨ ਸੀ ਉਹਦਾ, ਹੁਣ ਤਰਾ ਚੈੱਕ ਕਰੋ ਭਾਈ ਜੀ, ਹੁਣ ਕਰ ਲਿਆ ਤਰਾ ਬਿਸਮਿਲਲਾ। ਹੈਪੀ ਬਰਥਡੇ ਟੂ ਯੂ, ਬੋਲੋ ਯਾਰੇ ਹੈਪੀ ਬਰਥਡੇ, ਹੈਪੀ ਬਰਥਡੇ
ਤੇ ਭਾਈ ਜੀ ਮੈਂ ਆਪਣੇ ਹਿੱਸੇ ਦਾ ਖਾ ਲਿਆ, ਵੱਡੇ ਜਿਹੜੇ ਜਿੰਨਾ ਜਿੰਨਾ ਖਾਣਾ ਜਿੰਨਾ ਜਿੰਨਾ ਖਾਣਾ ਹੈ ਪਾਓ ਤੇ ਖਾਓ। ਸਾਕਿਬ ਲੈ ਲਾ ਇੱਧਰ ਚੈੱਕ ਕਰੋ ਤੁਸੀਂ, ਉਹ ਤੁਹਾਡਾ ਪਲੋਪ ਜੀ ਹੋਏ 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 ਚੱਲ ਕਾਲਾ ਕਾਲਾ ਖੈਰ ਕਾਲੇ ਤੇ ਭਾਈ ਕੇਕ ਦਾ ਸਤਿਆਨਾਸ਼ ਮਾਰ ਲਿਆ ਤੇ ਹੁਣ ਅਸੀਂ ਚੱਲਦੇ ਹਾਂ, ਨਾਲੇ ਥੋੜ੍ਹੀ ਜਿਹੀ ਵਾਕ ਹੋ ਜਾਏਗੀ ਜਿਹੜਾ ਪੇਟ ਦੇ ਵਿੱਚ ਕਿਤੇ ਨੁਕਰੇ ਕਰਨ ਲੱਗਾ ਪ੍ਰੈਸ ਹੋ ਜਾਏਗਾ ਤੇ ਨਾਲੇ ਆਰਡਰ ਮਾਰ ਲਾਂਗੇ। ਪੁੱਤਰ ਮੇਰਾ ਤਾਂ ਕੇਕ ਖਾ ਖਾ ਰੱਜਣ ਡਿਆ, ਮਜ਼ੇਦਾਰ ਕਿ ਨਹੀਂ ਮਜ਼ੇਦਾਰ ਕਿ ਨਹੀਂ ਦੱਸ ਮਜ਼ੇਦਾਰ ਹੈ। ਚੱਲ ਸਹੀ ਹੈ ਤਾਂ ਭਾਈ ਜੀ ਹੁਣ ਆਰਡਰ ਮਾਰ ਕੇ ਆਉਂਦੇ ਹਾਂ, ਸਾਰਾ ਕੁਝ ਨਾ ਸ਼ਿਫਟ ਕਰਾ ਦਿਓ। ਅੱਛਾ ਸਰ ਇਸ ਤਰ੍ਹਾਂ ਕਰੋ, 2 ਕਿਲੋ ਰਾਈਸ ਠੀਕ ਆ, ਲੈਗ ਪੀਸ ਕਰ ਦੇਵੋ 4 ਠੀਕ ਆ, ਉਸ ਤੋਂ ਹਟ ਕੇ 10 ਸਿੱਖਾਂ, ਉਸ ਤੋਂ ਹਟ ਕੇ ਕੀ ਸੀ ਬਲਾ ਮਾਟ ਸਾਹਿਬ ਅੱਜ ਚੱਸ ਨਾ ਆਈ ਅਤੇ ਪੈਸੇ ਵਾਪਸ ਠੀਕ ਹੈ। ਅਤੇ ਭਾਈ ਜੀ ਅੱਗੇ ਪਰਦੇ ਹੈ ਨਹੀਂ ਸਨ, ਇਸ ਵਾਸਤੇ ਕਰਕੇ ਨਾ ਪਰਦੇ ਵਾਸ਼ ਹੋਣ ਵਾਸਤੇ ਗਏ ਸਨ ਅਤੇ ਸਾਹਮਣੇ ਫੈਮਿਲੀ ਬੈਠੀ ਫਿਰ ਨਹੀਂ ਸੀ ਸੈਪਟਾਪ ਠੀਕ, ਅਤੇ ਆਹ ਅੱਗੇ ਥੱਲੇ ਕਰਵਾ ਦਿੱਤਾ। ਸਲਾਦ ਤਿਆਰ ਹੋ ਰਿਹਾ ਜਿਹੜਾ ਸਪੈਸ਼ਲ ਕਿਸਮ ਦਾ, ਪੁੱਤਰ ਮੇਰਾ ਤਾਂ ਕੇਕ ਖਾ ਖਾ ਰੱਜਣ ਡਿਆ। ਮਾਸ਼ਾਅੱਲਾ ਚੈੱਕ ਕਰੋ ਜਰਾ ਸਲਾਦ, ਪੂਰੇ VIP ਤਰੀਕੇ ਨਾਲ ਲੈਗ ਪੀਸ ਉੱਪਰ ਡੈਕੋਰੇਸ਼ਨ ਕਰਕੇ, ਰਾਈਸ ਵੀ ਸਾਡੇ ਆ ਗਏ ਨੇ ਜੀ। ਅਤੇ ਭਾਈ ਜੀ ਡਰਿੰਕਾਂ ਵੀ ਸਾਡੀਆਂ ਆ ਗਈਆਂ ਨੇ। ਅਤੇ ਭਾਈ ਜੀ ਫੋਨ ਕਰਨੇ ਆ ਫਿਰ ਸ਼ੁਰੂ, ਜਰਾ ਕੀ ਆਉਂਦੇ ਇਹਨੂੰ
ਕਿਹੜੇ ਰਾਈਸ ਫਰਾਈਡ ਰਾਈਸ ਐਵੇਂ ਦਾ ਕਰ ਦੂ ਸ਼ਾਮੇ ਨਹੀਂ ਯਾਰ ਇਵੇਂ ਆਉਂਦੇ ਨਾ ਯੈਸ ਮੇਰੀ ਪੋਜੈਸ਼ਨ ਫਰਮੈਸ਼ ਤੇ ਉਹਨਾਂ ਨੇ ਇਹ ਬਣਾਏ ਨੇ ਮਾਸ਼ਾਅੱਲਾ ਉਹ ਵੈਸੇ ਹੋਰ ਚਿਕਨ ਵੀ ਆਪਣਾ ਕੋਈ ਬਣਾਉਂਦੇ ਮੈਂ ਇੱਥੋਂ ਕਰਨੇ ਸ਼ੁਰੂ ਅਤੇ ਫਿਰ ਇਸ ਤੋਂ ਬਾਅਦ ਨਾ ਫਿਰ ਇਹ ਵੀ ਕਿਉਂ ਕਰਾਏ ਮੈਂ ਤਾਂ ਉਹਨੂੰ ਦੱਸਣਾ ਵੀ ਕਿਵੇਂ ਕਿਵੇਂ ਖਾਈ ਦੇ ਠੀਕ ਹੈ ਐਂਡ ਬੁਰਗੀ ਚੌਲਾਂ ਦੀ ਭਰ ਲੈਣੀ ਹੈ ਅਤੇ ਮਾਮੂ ਅਸੀਂ ਵੀ ਤੁਹਾਡੇ ਨਾਲ ਆਏ ਹਾਂ ਇੱਕ ਮਿੰਟ ਤੇਰੀ ਹੋਏ ਤੁਸੀਂ ਬਸ ਮੇਰਾ ਵੀ ਵੇਖਣਾ ਚੌਲ ਚੂਲ ਖਾ ਲਓ ਖੈਰ ਲੈਗ ਪੀਸ ਤੇਜ ਹੀ ਬੜਾ ਯੰਗ ਬੱਚਿਆਂ ਨੂੰ ਲੈਗ ਪੀਸ ਨਾ ਨਹੀਂ ਵਾਰਾ ਖਾਂਦਾ ਯੰਗ ਬੱਚੇ ਨਹੀਂ ਸਹੀ ਤੁਸੀਂ ਜਾਂ ਖਾਓ ਮਾਮੂ ਮੈਂ ਤਾਂ ਨਹੀਂ ਨਾ ਮੈਂ ਤਾਂ ਤੁਹਾਡੇ ਦਿੰਦਾ ਵਾਂ ਜਦ ਤੂੰ ਇੱਕ ਲੈ ਲੈ ਥੈਂਕ ਯੂ ਅਤੇ ਮਾਸ਼ਾਅੱਲਾ ਜੀ ਖਾਣਾ ਬਹੁਤ ਜ਼ਬਰਦਸਤ ਬਣਿਆ ਜੀ ਟਿੱਕੇ ਉਸ ਤੋਂ ਵੱਧ ਅਤੇ ਲੈਗ ਪੀਸ ਜਿਹੜਾ ਨਾ ਉਹਦਾ ਕਮਾਲ ਹੀ ਉੱਠਦਾ ਸੀ ਅਤੇ ਬਾਕੀ ਜਿਹੜੀ ਐਂਡ ਤੋਂ ਫਿਰ ਕੋਲਡ ਡਰਿੰਕ ਆਈ ਨਾ ਬਸ ਸਾਰੇ 'ਤੇ ਪਾਣੀ ਫੇਰਦਾ ਗਲਤ ਨਾ ਸਮਝੋ ਪਾਣੀ ਫੇਰਤਾ ਮਤਲਬ ਜਿਹੜੀਆਂ ਦਰਜਾਂ ਦੁਰਜਾਂ ਸਨ ਬਰਾਬਰ ਹੋ ਗਈਆਂ ਅਤੇ ਭਾਈ ਜੀ ਫੋਨ ਚੱਲਦੇ ਨਾਲੇ ਤਾਂ ਬਿੱਲ ਦਾ ਪਤਾ ਕਰਨਾ ਨਾਲੇ ਥੋੜ੍ਹਾ ਜਿਹਾ ਹਲਕਾ ਫੁਲਕਾ ਜਿਹਾ ਮਿੱਠਾ ਹੋ ਜਾਵੇ ਅਸਲਾਮੁ ਅਲੈਕੁਮ ਜੀ ਉਸਤਾਦ ਜੀ ਕੀ ਬਣਿਆ ਸਾਡਾ ਹਿਸਾਬ ਕਿਤਾਬ ਬਿੱਲ ਤੁਹਾਡਾ ਬਣਿਆ ਜੀ 10,570 ਉਹ ਤਾਂ ਥੋੜ੍ਹੇ ਜਿਹੇ ਪੈਸੇ ਬਣੇ ਕੋਈ ਨਹੀਂ ਖਿਆ ਅੱਛਾ ਯਾਰ ਕੋਈ ਆਈਸਕ੍ਰੀਮ ਕਿਹੜੀ ਪਈ ਹੈ ਜ਼ਰਾ ਮਿੱਠਾ ਹੋ ਜਾਵੇ ਉੱਤੋਂ ਇੱਧਰ ਵੇਖੋ ਤੁਸੀਂ ਇੱਧਰ ਤਾਲੇ ਠੋਕੇ ਨੇ ਮਾਰ ਮਿਹਰਬਾਨੀ ਸਰ ਮਿਹਰਬਾਨੀ ਤੁਹਾਡੀ ਇੱਦਾਂ ਹੀ ਲਿਆ ਕੇ ਰੱਖਣਾ ਸੀ ਮੇਰਾ ਕੇਕ ਇਹਦੇ ਵਿੱਚ ਲੱਗ ਗਿਆ ਅੱਛਾ ਇੱਕ ਇੱਕ ਬਾਲਟੀ ਵਾਲੀ ਆ ਬਾਲਟੀ ਬਹੁਤੀ ਥੋੜ੍ਹੀ ਨਾ ਹੋਏਗੀ ਲੀਟਰ ਇਹ ਲੀਟਰ ਬੜਾ ਛੋਟਾ ਯਾਰ ਓਏ ਹਾਫ ਲੀਟਰ ਹੋਣੀ ਹੈ ਇਹ ਨਹੀਂ ਲੀਟਰ ਤਿੰਨ ਭਾਅ ਵਾ 750 ml ਹੋਵੇ ਵੇਖਿਆ ਹੀ ਨਾ ਮੈਨੂੰ ਪਤਾ ਸੀ ਇਸ ਗੱਲ ਦਾ ਇਹ ਨਹੀਂ ਡੱਬੇ ਵਾਲੀ ਚੱਲੀਏ ਆਹ ਕਿੰਨੀ ਆ ਇੱਦਾਂ ਕਰ ਦੋ ਹਾਫ ਲੀਟਰ ਦੇ ਦੇ ਇਹ ਡਿਸ਼ ਰੱਖ ਕੇ ਇੱਦਾਂ ਹੀ ਦੇ ਆ ਦੋ ਤਿੰਨ ਡਿਸ਼ਾਂ ਨਾਲ ਦੇ ਜੀ ਹਾਂ ਜੀ ਤੁਹਾਨੂੰ ਹੋਰ ਕੋਈ ਚੀਜ਼ ਓਕੇ ਪਰਬਾਸ ਚੱਲ ਠੀਕ ਹੈ ਤੇ ਆ ਭਾਈ ਜੀ ਥੋੜ੍ਹਾ ਜਿਹਾ ਪਾਰਸਲ ਲੈ ਲਿਆ ਨਾਲ ਫਿਰ ਘਰ ਮਜਬੂਰੀ ਦੇਵਾਂਗੇ ਹੈ ਕਿ ਨਹੀਂ ਫਿਰ ਅਤੇ ਭਾਈ ਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣੀ ਸੀ ਕੁਛ ਦੋਸਤ ਕਮੈਂਟ ਕਰਦੇ ਨੇ ਵੀ ਤੁਸੀਂ ਮਤਲਬ ਮਾਈ ਬੁੜਾ ਕਿਉਂ ਕਹਿੰਦੇ ਜਾਂ ਮਤਲਬ ਕੁਛ ਜਿਵੇਂ ਪੰਜਾਬੀ ਦੇ ਵਿੱਚ ਲਫ਼ਜ਼ ਹੁੰਦੇ ਨਾ ਉਹ ਬੋਲੇ ਦੇ ਇਸ ਹਿਸਾਬ ਨਾਲ ਜਾਂਦੇ ਨੇ ਵਾਲਦਾ ਵਾਲਦ ਨੂੰ ਅੰਮੀ ਅੱਬੂ ਕਹਿ ਲਾ ਜਾਂ ਮਤਲਬ ਜਿਹੜੇ ਜਟਕੇ ਟਾਈਪ ਲੋਕ ਨੇ ਨਾ ਰਿਆਸਤ ਬਹਾਵਲਪੁਰ ਦੇ ਏਰੀਏ ਦੇ ਉਹ ਮਾਈ ਬੁੜਾ ਬੇਬੇ ਇਵੇਂ ਦਾ ਕੁਛ ਆਉਂਦੇ ਨੇ ਅਤੇ
ਇਸ ਗੱਲ ਦਾ ਮਾਇੰਡ ਨਾ ਕਰਿਆ ਕਰੋ। ਠੀਕ ਹੈ ਫਿਰ ਚੱਲਦੇ ਹਾਂ ਹੁਣ ਘਰ ਨੂੰ, ਅਤੇ ਜਾ ਕੇ ਕਰਨੇ ਹਾਂ ਜ਼ਰਾ ਰੈਸਟ ਰੁਸਟ, ਕਿਉਂਕਿ ਪੇਟ ਹੋ ਗਿਆ ਫੁੱਲ। ਅਤੇ ਭਾਈ ਜੀ 12 ਵੱਜ ਗਏ ਨੇ, ਸਾਰਾ ਸ਼ਹਿਰ ਬੰਦ ਹੋ ਗਿਆ, ਇੱਧਰ ਚੈੱਕ ਕਰੋ ਕੋਈ ਸ਼ਹਿਰ ਨਹੀਂ ਅੱਲਾ ਵਾਲੀ ਖੁੱਲ੍ਹੀ। ਅਤੇ ਭਾਈ ਜੀ ਦੁਕਾਨ 'ਤੇ ਆ ਗਏ ਹਾਂ, ਲੈ ਵੀ ਜਾਣਾ ਖੋਲ ਦੇਣਾ ਚਾਬੀ ਗੱਡੀ ਰਾਣੋ ਮਾਸ਼ਾ ਲਾਉਂਦੀ ਹੈ, ਚੈੱਕ ਕਰੋ। ਹਾਂ ਹਾਂ ਭਾਈ ਜੀ ਇੱਦਾਂ ਕਰਨੇ ਵਲੋਗ ਦਾ ਐਂਡ, ਇਸ ਮੇਰਾ ਅੱਜ ਦਾ ਵਲੋਗ ਉਮੀਦ ਕਰਨਾ ਤੁਹਾਨੂੰ ਚੰਗਾ ਲੱਗਾ, ਚੰਗਾ ਲੱਗਾ ਤਾਂ ਲਾਈਕ ਕਰਿਓ, ਸ਼ੇਅਰ ਕਰਿਓ ਆਪਣੇ ਦੋਸਤ ਭਾਵ ਨਾਲ, ਨਾਲੇ ਮੇਰੇ ਕ੍ਰੇਜ਼ੀ ਚਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਹੁਣ ਮਿਲਾਂਗੇ ਅਗਲੀ ਵੀਡੀਓ 'ਚ, ਉਦੋਂ ਤੱਕ ਅੱਲਾ ਹਾਫਿਜ਼। ਅਤੇ ਭਾਈ ਜੀ ਹੁਣ ਇਨਸ਼ਾਅੱਲਾ ਕੋਸ਼ਿਸ਼ ਕਰਾਂਗਾ ਕਿ ਮੈਂ ਨਾਗਾ ਨਹੀਂ ਪਏਗਾ, ਡੇਲੀ ਇੱਕ ਵੀਡੀਓ ਆਇਆ ਕਰੇਗੀ ਇਨਸ਼ਾਅੱਲਾ।